ਸ਼ਰਾਰਤੀ ਤੱਤਵਾਂ ਨੇ ਚਰਚ ਦੇ ਅੰਦਰ ਆ ਕੇ ਜਿਸ ਜਗ੍ਹਾ 'ਤੇ ਖੜ੍ਹੇ ਆ ਇੱਥੇ ਆ ਕੇ ਅਤੇ ਉਹਨਾਂ ਨੇ ਚਰਚ ਦੀ ਬੇਅਦਬੀ ਕੀਤੀ ਆ ਔਰ ਸਾਡੇ ਜਿਹੜੇ ਇੱਥੇ ਦੇ ਜਿਹੜੇ ਵਲੰਟੀਅਰ ਸੀਗੇ ਚਰਚ ਦੇ ਨੌਜਵਾਨ ਸੀ ਉਹਨਾਂ ਨਾਲ ਕੁੱਟਮਾਰ ਕੀਤੀ। ਇਸ ਗੱਲ ਨੂੰ ਲੈ ਕੇ ਉਹਨਾਂ ਨੇ ਮਤਲਬ ਬਜਾਏ ਦੇ ਕਿ ਉਹ ਸ਼ਾਂਤੀ ਨਾਲ ਕੋਈ ਗੱਲਬਾਤ ਕਰਨ, ਪਰ ਉਹਨਾਂ ਨੇ ਇਹਨੂੰ ਇੱਕ ਚੁਣੌਤੀ ਸਮਝਿਆ ਵੀ ਇਹ ਸਾਨੂੰ ਜਿਹੜਾ ਆ ਇਹ ਗੱਲ ਕਿਉਂ ਕਹਿ ਰਹੇ ਆ, ਅਤੇ ਬੈਡ ਇੰਟੈਂਸ਼ਨ ਦੇ ਨਾਲ ਉਹਨਾਂ ਨੇ ਇਹ ਸਾਰੀ ਜਿਹੜੀ ਕਾਰਵਾਈ ਕੀਤੀ ਆ। ਜਿਹਨਾਂ ਨੇ ਆ ਕੇ ਇੱਥੇ ਗੁੰਡਾਗਰਦੀ ਕੀਤੀ ਆ, ਚਰਚ ਦੀ ਬੇਅਦਬੀ ਕੀਤੀ ਆ, ਉਹਨਾਂ ਦੇ ਖਿਲਾਫ਼ ਸਖ਼ਤ ਐਕਸ਼ਨ ਲਿਆ ਜਾਵੇ। ਸਭ ਤੋਂ ਪਹਿਲਾਂ ਤਾਂ ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦਾ ਕਿ ਪਰਮੇਸ਼ੁਰ ਨੇ ਅੱਜ ਸਾਨੂੰ ਰਈਆ ਦੇ ਵਿੱਚ ਜੋ ਸੱਚਾਈ ਦਾ ਰਾਸਤਾ ਚਰਚ ਆ ਉੱਥੇ ਲੈ ਕੇ ਆਉਂਦਾ। ਸੋ ਅੱਜ ਇੱਥੇ ਸਾਡੇ ਬਹੁਤ ਸਾਰੇ ਰਈਏ ਨਾਲ ਸੰਬੰਧਿਤ, ਚਰਚਾਂ ਦੇ ਨਾਲ ਸੰਬੰਧਿਤ ਸਾਡੇ ਪਾਸਟਰ ਸਾਹਿਬਾਨ ਅਤੇ ਜਲੰਧਰ ਤੋਂ ਸਾਡੇ ਲੀਡਰ ਸਾਹਿਬਾਨ ਵੀ ਆਏ ਨੇ। ਸੋ ਸਾਡਾ ਇੱਥੇ ਆਉਣ ਦਾ ਮਕਸਦ ਹੈ ਕਿ 17 ਤਰੀਕ ਨੂੰ ਇਸ ਜਗ੍ਹਾ ਦੇ ਉੱਪਰ ਕੁਛ ਸ਼ਰਾਰਤੀ ਤੱਤਵਾਂ ਨੇ ਚਰਚ ਦੇ ਅੰਦਰ ਆ ਕੇ ਜਿਸ ਜਗ੍ਹਾ 'ਤੇ ਖੜ੍ਹੇ ਆ ਇੱਥੇ ਆ ਕੇ ਅਤੇ ਉਹਨਾਂ ਨੇ ਚਰਚ ਦੀ ਬੇਅਦਬੀ ਕੀਤੀ ਆ ਔਰ ਸਾਡੇ ਜਿਹੜੇ ਇੱਥੇ ਦੇ ਜਿਹੜੇ ਵਲੰਟੀਅਰ ਸੀਗੇ ਚਰਚ ਦੇ ਨੌਜਵਾਨ ਸੀ ਉਹਨਾਂ ਨਾਲ ਕੁੱਟਮਾਰ ਕੀਤੀ ਆ। ਸੋ ਉਹਦੇ ਉਸ ਘਟਨਾ ਦੀ ਅਸੀਂ ਸਿੱਖ ਸ਼ਬਦਾਂ 'ਚ ਨਿੰਦਾ ਵੀ ਕਰਦੇ ਹਾਂ ਅਤੇ ਇੱਥੇ ਆ ਕੇ ਅਸੀਂ ਭਾਈ ਸਾਹਿਬ ਨਾਲ ਗੱਲਬਾਤ ਕੀਤੀ ਆ ਅਤੇ ਭਾਈ ਸਾਹਿਬ ਨੇ ਸਾਰੀ ਗੱਲਬਾਤ ਦੱਸੀ ਆ ਕਿ ਵੀ ਜੋ ਇੱਥੇ ਉਹਨਾਂ ਦਾ ਪਲਾਟ ਹੈਗਾ, ਅਸੀਂ ਸਿਰਫ ਉਹਨਾਂ ਨੂੰ ਇੰਨੀ ਗੱਲ ਕਹੀ ਆ ਕਿ ਵੀ ਇਹ ਚਰਚ ਹੈਗਾ ਅਤੇ ਤੁਸੀਂ ਆਪਣਾ ਜਿਹੜਾ ਰਸਤਾ ਆ ਉਹ ਅਲੱਗ ਕਰੋ ਤਾਂ ਕਿ ਇੱਥੇ ਡਿਸਟਰਬੈਂਸ ਨਾ ਹੋਵੇ, ਕਿਉਂਕਿ ਪਵਿੱਤਰ ਜਗ੍ਹਾ ਆ, ਇੱਥੇ ਅਸੀਂ ਸੰਗਤੀ ਕਰਦੇ ਹਾਂ ਜੀ। ਸੋ ਇਸ ਗੱਲ ਨੂੰ ਲੈ ਕੇ ਉਹਨਾਂ ਨੇ ਮਤਲਬ ਬਜਾਏ ਦੇ ਕਿ ਉਹ ਸ਼ਾਂਤੀ ਨਾਲ ਕੋਈ ਗੱਲਬਾਤ ਕਰਨ, ਪਰ ਉਹਨਾਂ ਨੇ ਇਹਨੂੰ ਇੱਕ ਚੁਣੌਤੀ ਸਮਝਿਆ ਵੀ ਇਹ ਸਾਨੂੰ ਜਿਹੜਾ ਆ ਇਹ ਗੱਲ ਕਿਉਂ ਕਹਿ ਰਹੇ ਆ, ਅਤੇ ਬੈਡ ਇੰਟੈਂਸ਼ਨ ਦੇ ਨਾਲ ਉਹਨਾਂ ਨੇ ਇਹ ਸਾਰੀ ਜਿਹੜੀ ਕਾਰਵਾਈ ਕੀਤੀ ਆ। ਅਤੇ ਜਿਹੜੀ MLR ਵਗੈਰਾ ਆ ਉਹ ਸਾਰਾ ਮੈਡੀਕਲ ਹੋ ਚੁੱਕਾ ਉਹਨਾਂ ਦਾ, ਜੋ ਵੀ ਬਿਆਨ ਆ ਪੁਲਿਸ ਨੂੰ ਦੇ ਦਿੱਤੀ ਆ। ਸੋ ਮੇਰੀ ਵੀ ਇੱਥੋਂ ਹੀ SHO ਸਾਹਿਬ ਨਾਲ ਗੱਲ ਹੋਈ ਆ ਅਤੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਅੱਜ ਕੋਈ ਕੱਲ੍ਹ ਜਿਹੜੇ ਕਿਸਾਨ ਇੱਕ ਨੌਜਵਾਨ ਨੇਤਾ ਦੀ ਜਿਹੜੀ ਆ ਉੱਥੇ ਗੋਲੀ ਲੱਗਣ ਨਾਲ ਮੌਤ ਹੋਈ ਆ ਅਤੇ ਅੱਜ ਕਿਸਾਨਾਂ ਨੇ ਪ੍ਰੋਟੈਸਟ ਕਰਨਾ ਸੀ ਉੱਥੇ ਬਿਜ਼ੀ ਨੇ, ਅਤੇ ਉਹਨਾਂ ਨੇ ਕਿਹਾ ਵੀ ਕੱਲ੍ਹ ਅਸੀਂ ਮੈਂ ਔਰ DSP ਸਾਹਿਬ ਇਸ ਮਸਲੇ ਨੂੰ ਅਸੀਂ ਜਿਹੜਾ ਜਲਦੀ ਟੇਕਅਪ ਕਰਾਂਗੇ ਤਾਂ ਕਿ ਇਹ ਭਾਈ ਸਾਹਿਬ ਨੂੰ ਅਤੇ ਉਹਨਾਂ ਦੀ ਕਲੀਸਿਆਂ ਨੂੰ ਜਿਹੜਾ ਇਨਸਾਫ ਮਿਲੇ। ਅਤੇ ਸਾਡੀ ਇਹ ਮੰਗ ਆ ਪੁਲਿਸ ਪ੍ਰਸ਼ਾਸਨ ਤੋਂ ਕਿ ਜੋ ਵੀ ਇੱਥੇ ਘਟਨਾ ਹੋਈ ਆ, ਜਿਹਨਾਂ ਨੇ ਆ ਕੇ ਇੱਥੇ ਗੁੰਡਾਗਰਦੀ ਕੀਤੀ ਆ, ਚਰਚ ਦੀ ਬੇਅਦਬੀ ਕੀਤੀ ਆ,
ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਵੇ ਅਤੇ ਤੁਰੰਤ ਉਹਨਾਂ 'ਤੇ ਕਾਰਵਾਈ ਕੀਤੀ ਜਾਵੇ ਔਰ ਭਾਈ ਸਾਹਿਬ ਨੂੰ ਇਨਸਾਫ ਦਿੱਤਾ ਜਾਵੇ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਫਿਰ ਜੋ ਅਗਲੀ ਸਾਡੀ ਮੀਟਿੰਗ ਹੋਏਗੀ ਸਾਰੇ ਰਈਏ ਦੇ ਸਾਡੇ ਪਾਸਟਰ ਸਾਹਿਬਾਨ ਲੀਡਰ ਸਾਹਿਬਾਨ ਅਸੀਂ ਇੱਥੇ ਇਕੱਠੇ ਹੋਵਾਂਗੇ ਤਾਂ ਫਿਰ ਅਗਲੀ ਰਣਨੀਤੀ ਅਸੀਂ ਦੱਸਾਂਗੇ ਕਿ ਸਾਨੂੰ ਜਿਹੜਾ ਫਿਰ ਕਿਸ ਰਸਤੇ 'ਤੇ ਅਸੀਂ ਅੱਗੇ ਵਧਣਾ ਤਾਂ ਕਿ ਭਾਈ ਸਾਹਿਬ ਨੂੰ ਇਨਸਾਫ ਮਿਲ ਸਕੇ। ਥੈਂਕ ਯੂ।